ਸਵਾਮੀ ਹਾਜ਼ਰੀ ਲਗਾਉਣ ਵੇਲੇ ਗੁਰਜਿੰਦਰ ਸਿੰਘ ਸ਼ਾਹੀ ਨੇ ਪ੍ਰਿੰਸੀਪਲ ਸਤਨਾਮ ਸਿੰਘ ਨਾਲ ਹਾਜ਼ਰੀ ਲਗਾਉਣ ਵੇਲੇ ਵੀ ਕੋਈ ਖਹਿਬੜੋਬਾਜ਼ੀ ਵਾਲੀ ਗੱਲ ਕੀਤੀ ਵੀ ਤੁਸੀਂ ਸੀਟ ਤੋਂ ਉੱਠੋ, ਅਸੀਂ ਆਪ ਹੀ ਹਾਜ਼ਰੀ ਲਗਾ ਲਾਂਗੇ। ਜਦਕਿ ਪ੍ਰਿੰਸੀਪਲ ਸਾਹਿਬ ਨੇ ਉਹਨਾਂ ਨੂੰ ਕਿਹਾ, ਅਫੀਸ਼ਲ ਪ੍ਰਿੰਸੀਪਲ ਸਾਹਿਬ ਨੇ ਕਿਹਾ ਵੀ ਤੁਸੀਂ ਹਾਲੇ ਬਹੁਤ ਜੂਨੀਅਰ ਹੋ, ਤੁਹਾਨੂੰ ਇੱਦਾਂ ਦੀਆਂ ਗੱਲਾਂ ਸ਼ੋਭਦੀਆਂ ਨਹੀਂ ਸਾਨੂੰ ਕੁਰਸੀ ਤੋਂ ਥੱਲਣ ਦੀ। ਉਹਨਾਂ ਨਾਲ ਵੀ ਇਹ ਕੁਝ ਕੱਲ੍ਹ ਬੋਲ ਬੋਲਾ ਇਹਨਾਂ ਦਾ ਹੋਇਆ, ਕਿਉਂਕਿ ਨਵਾਂ ਹੈਗਾ, ਇਹਨੂੰ ITA ਦੇ ਰੂਲਾਂ ਦਾ ਨਹੀਂ ਪਤਾ ਹੈਗਾ, ਕਿਸੇ ਵੱਡੇ ਛੋਟੇ ਨਾਲ ਗੱਲ ਕਰਨ ਦਾ ਨਹੀਂ ਪਤਾ। ਸਵੇਰੇ ਮੈਂ ਹਾਜ਼ਰੀ ਲਗਾਉਣ ਵੇਲੇ ਗਿੱਲ ਸਾਹਿਬ ਨੂੰ ਇੰਨੀ ਗੱਲ ਕਹੀ ਵਾਈਸ ਪ੍ਰਿੰਸੀਪਲ ਸਾਹਿਬ ਨੂੰ, ਗਿੱਲ ਸਾਹਿਬ ਤੁਸੀਂ ਬਹੁਤ ਵਧੀਆ ਕੀਤਾ ਬੱਚਿਆਂ ਨੂੰ, ਇਹਨਾਂ ਮੁੰਡਿਆਂ ਨਵਿਆਂ ਨੂੰ ਥੋੜ੍ਹਾ ਜਿਹਾ ਦਿੱਤੀ ਐਟੀਕੇਟਸ। ਸਰਦਾਰ ਸਤਨਾਮ ਸਿੰਘ ਗਿੱਲ ਪ੍ਰਿੰਸੀਪਲ ਓਫੀਸ਼ੀਏਟਿੰਗ। ਉਸ ਤੋਂ ਬਾਅਦ ਮੈਂ ਆਪਣੀ ਚਲ ਗਿਆ ਕਲਾਸ ਵਿੱਚ, ਇਹ ਆਪਣੇ ਦੋ ਸਾਥੀਆਂ ਨੂੰ ਲੈ ਕੇ, ਮਨਜਿੰਦਰ ਸਿੰਘ ਨੂੰ ਅਤੇ ਅਰਵਿੰਦਰ ਸਿੰਘ ਨੂੰ ਨਾਲ ਲੈ ਕੇ, ਇਹ ਮੇਰੀ ਟ੍ਰੇਡ ਵਿੱਚ ਬੱਚਿਆਂ ਦੇ ਵਿੱਚ ਮੇਰੇ ਨਾਲ ਆ ਕੇ, ਇਹਨਾਂ ਨੂੰ ਹੱਥੋਬਾਈ ਕੀਤੀ, ਲੜਾਈ ਕੀਤੀ ਮੇਰੇ ਨੱਕ ਦੇ ਉੱਤੇ, ਇਹਨੇ ਸੱਟ ਮਾਰੀ ਹੈ, ਆਹ ਸਾਰੀ ਮੇਰੀ ਜਿਹੜੀ ਹੈਗੀ ਆ ਕਮੀਜ਼ ਵਗੈਰਾ ਨੂੰ ਭੱਜੀ ਪਈ ਖੂਨ ਦੇ ਨਾਲ, ਔਰ ਸੱਟ ਬੜੀ ਜਾਨਲੇਵਾ ਸਾਬਤ ਹੋ ਰਹੀ ਹੈ ਇਹ, ਔਰ ਇਹ ਆਦੀ ਹੈ ਲੜਾਈ ਕਰਨ ਦਾ। ਦੂਜਾ ਜਿਹੜਾ ਸਰਦਾਰ ਹੈਗਾ ਨਾਲ ਮੋਟਰ ਮਕੈਨਿਕ ਦਾ, ਇਹ ਕਿਸੇ ਅੱਤਵਾਦੀ ਗਰੋਹ ਦੇ ਨਾਲ ਵੀ ਇਹਦਾ ਅਟੈਚਮੈਂਟ ਦਿਨ ਭਰਿਆ ਹੀ ਹੈ, ਔਰ ਇਹ ਲੜਾਈ ਕਰਨ ਦਾ ਆਦੀ ਹੈਗਾ ਹਮੇਸ਼ਾ। ਅਤੇ ਬੱਚਿਆਂ ਨੂੰ ਉਹਨਾਂ ਨੇ ਕੀ ਸ਼ਿਕਸ਼ਾ ਦੇਣੀ ਸੀ? ਇਹਨਾਂ ਨਾਲ ਇੱਕ ਗਰੁੱਪ ਹੈਗਾ ਤਿੰਨ ਚਾਰ ਬੰਦਿਆਂ ਦਾ, ਬਸ ਇਹ ਤਿੰਨ ਚਾਰ ਜਣੇ ਹੈਗੇ। ਮੈਂ ਉੱਥੇ ਟਰੈਕਟਰ ਮਕੈਨਿਕ ਇੰਸਟ੍ਰਕਟਰ ਹਾਂ, ਮੇਰੀ 22-23 ਸਾਲ ਦੀ।